ਜ਼ਿਲ੍ਹਾ ਮੋਹਾਲੀ ਦੇ ਇਲਾਕੇ ਖਰੜ ਚੰਡੀਗੜ੍ਹ ਨੈਸ਼ਨਲ ਹਾਈਵੇ ਵਿਖੇ ਇੱਕ ਥਾਰ ਗੱਡੀ ਵਿੱਚ ਦੋ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਬੇਹੋਸ਼ ਪਏ ਹੋਏ ਸਨ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਜਦੋਂ ਇਹਨਾਂ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਦੇਖ ਕੇ ਇਹ ਮੌਕੇ ਤੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਵੱਲੋਂ ਉਕਤ ਦੋਨੋਂ ਨੌਜਵਾਨਾਂ ਨੂੰ ਕਾਬੂ ਕਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਮੋਹਾਲੀ ਦੇ ਨਿੱਜੀ ਕਾਲਜ ਵਿੱਚ ਵਕਾਲਤ ਦੀ ਪੜ੍ਹਾਈ ਕਰ ਰਹੇ ਹਨ। ਗ੍ਰਿਫਤਾਰੀ ਦੌਰਾਨ ਉਪਰੋਕਤ ਮੁਲਾਜ਼ਮਾਂ ਕੋਲੋਂ 6 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਦੋਨਾਂ ਦੇ ਖਿਲਾਫ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰ, ਜਿਹੜੇ ਆ ਦੋ ਬੰਦੇ ਅਰੈਸਟ ਕੀਤੇ, ਜਾਣਕਾਰੀ ਦਿਓਗੇ ਜੀ? ਇਹ ਜੀ, ਇੱਕ ਆਪਣਾ ਮੁੰਡਾ ਹੈਗਾ ਨਵਲ, ਇਹ ਬੱਦੀ ਦਾ ਰਹਿਣ ਵਾਲਾ, ਹਿਮਾਚਲ ਦਾ, ਅਤੇ ਇੱਕ ਮੁੰਡਾ ਹੈਗਾ ਨਵਜੋਤ, ਇਹ ਆਪਣਾ ਹੈਗਾ ਜਗਾਦਰੀ ਦਾ, ਹਰਿਆਣੇ ਦਾ। ਇੱਕ ਆਪਣੇ ਦੋ ਮੋਏ ਆਪਣੇ ਮੁੰਡੇ ਹੈਗੇ ਥਾਰ 'ਤੇ ਕੱਲ੍ਹ ਜਾ ਰਹੇ ਸੀ ਰਾਤ, ਸਾਡਾ ਜੇ ਟੀ ਪੀ ਵਾਲਾ ਨਾਕਾ ਲੱਗਿਆ ਹੋਇਆ ਸੀ, ਉਦੋਂ ਸਾਡੀ ਪੁਲਿਸ ਪਾਰਟੀ ਨੇ ਰੋਕਿਆ ਅਤੇ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਦੌਰਾਨੇ ਚੈੱਕ ਜਦੋਂ ਕੀਤਾ ਇਹਨਾਂ ਨੂੰ, ਤਾਂ ਇਹਨਾਂ ਕੋਲੋਂ 6 ਗ੍ਰਾਮ ਹੀਰੋਇਨ ਮਿਲੀ, ਅਤੇ ਜੋ ਬਾਅਦ 'ਚ ਫਿਰ 21-85 ਦਾ ਮੁਕੱਦਮਾ ਦਰਜ ਕੀਤਾ ਇਹਨਾਂ 'ਤੇ। ਸਰ, ਹੋਰ ਵੀ ਕੋਈ ਸਮਾਨ ਬਰਾਬਦ ਹੋਇਆ ਜੀ? ਨਹੀਂ, ਹਜੇ ਫਿਲਹਾਲ ਤਾਂ ਇੰਨਾ, ਬਾਕੀ ਹਜੇ ਰਿਮਾਂਡ ਲੈਣ ਗਏ ਆ ਮੇਰੇ ਮੁੰਡੇ, ਰਿਮਾਂਡ ਲੈ ਕੇ ਆਉਂਦੇ, ਫਿਰ ਉਸ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਕੈਰੀ ਆਨ ਕਰਾਂਗੇ। ਸਰ, ਕੋਈ ਬੈਕਗ੍ਰਾਊਂਡ ਹਿਸਟਰੀ ਆਈ ਨਹੀਂ ਸਾਹਮਣੇ ਜੀ? ਇਹ ਕੰਜ਼ਿਊਮ ਕਰਦੇ ਆ ਹਜੇ ਵੇਚਣ ਦਾ, ਜਾਂ ਅੱਗੇ ਉਹ ਹਜੇ ਇਹਨਾਂ ਦਾ ਆਫਟਰ ਰਿਮਾਂਡ ਹੀ ਪਤਾ ਕਰਾਂਗੇ, ਬਾਕੀ ਇਹ ਪੱਕਾ ਵੀ ਇਹ ਕੰਜ਼ਿਊਮ ਕਰਦੇ ਸੀ ਹੀਰੋਇਨ। ਠੀਕ।